ਲੱਗਦਾ ਬਾਹਰ ਕੋਈ ਆਇਆ ਹੈ। ਮੈਂ ਦੇਖਦਾ ਹਾਂ। ਨਮਸਕਾਰ ਸਰ। ਹੈਲੋ ਬੇਟਾ, ਕੀ ਹਾਲ ਹੈ ਤੁਹਾਡਾ? ਬਹੁਤ ਵਧੀਆ ਸਰ, ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਆ ਜਾਓ ਬੇਟਾ, ਬੈਠੋ। ਬੇਟਾ ਪਾਣੀ ਲਓਗੇ? ਨਹੀਂ ਸਰ, ਥੈਂਕ ਯੂ। ਸਰ, ਤੁਹਾਡੇ ਕੋਲੋਂ ਕੰਪਿਊਟਰ ਸਾਇੰਸ ਦੇ ਇੱਕ ਟੌਪਿਕ ਬਾਰੇ ਸਮਝਣਾ ਸੀ। ਹਾਂਜੀ ਬੇਟਾ, ਦੱਸੋ। ਸਰ, ਤੁਹਾਡੇ ਕੋਲੋਂ ਕੰਪਿਊਟਰ ਸਾਇੰਸ ਦੇ ਚੈਪਟਰ ਇਨਪੁੱਟ ਡਿਵਾਈਸ ਬਾਰੇ ਜਾਣਕਾਰੀ ਲੈਣੀ ਸੀ। ਬੇਟਾ, ਇਨਪੁੱਟ ਡਿਵਾਈਸ ਇੱਕ ਅਜਿਹਾ ਹਾਰਡਵੇਅਰ ਡਿਵਾਈਸ ਹੈ ਜੋ ਕੰਪਿਊਟਰ ਨੂੰ ਡਾਟਾ ਭੇਜਦਾ ਹੈ ਅਤੇ ਯੂਜ਼ਰ ਨੂੰ ਉਸ ਨਾਲ ਤਾਲਮੇਲ ਬਣਾਉਣ ਅਤੇ ਕੰਟਰੋਲ ਕਰਨ ਦੀ ਆਗਿਆ ਦਿੰਦਾ ਹੈ। ਜੋ ਡਿਵਾਈਸ ਕੰਪਿਊਟਰ ਨੂੰ ਡਾਟਾ ਅਤੇ ਹਦਾਇਤਾਂ ਦਿੰਦੇ ਹਨ ਉਹ ਇਨਪੁੱਟ ਡਿਵਾਈਸ ਕਹਾਉਂਦੇ ਹਨ। ਸਰ, ਕੰਪਿਊਟਰ ਦੇ ਇਨਪੁੱਟ ਡਿਵਾਈਸ ਕਿਹੜੇ ਕਿਹੜੇ ਹੁੰਦੇ ਹਨ? ਬੇਟਾ, ਇਨਪੁੱਟ ਡਿਵਾਈਸ ਕਾਫੀ ਸਾਰੇ ਹੁੰਦੇ ਹਨ, ਜਿਵੇਂ ਕਿ ਕੀਬੋਰਡ, ਮਾਊਸ, ਮਾਈਕ੍ਰੋਫੋਨ, ਸਕੈਨਰ, ਵੈਬ ਕੈਮਰਾ, ਟੱਚ ਪੈਡ, ਬਾਰਕੋਡ ਰੀਡਰ, ਲਾਈਟ ਪੈਨ, ਜੋਇਸਟਿਕ, ਟੱਚ ਸਕਰੀਨ, ਟਰੈਕ ਬਾਲ, ਮੈਗਨੈਟਿਕ ਇੰਕ ਕਾਰਡ ਰੀਡਰ, ਡਿਜੀਟਾਈਜ਼ਰ, ਬਾਇਓਮੈਟ੍ਰਿਕ, ਇਲੈਕਟ੍ਰੋਨਿਕ ਸਿਗਨੇਚਰ ਪੈਡ, ਇਹ ਹਨ। ਸਰ, ਮੈਂ ਜਿੰਨੀ ਵਾਰ ਵੀ ਤੁਹਾਡੇ ਕੋਲ ਕੁਝ ਸਮਝਣ ਲਈ ਆਇਆ ਹਾਂ, ਤੁਸੀਂ ਮੈਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੈ। ਇਸ ਕੁਐਸਚਨ ਦੇ ਵੀ ਮੈਨੂੰ ਹੁਣ ਬੜੀ ਚੰਗੀ ਤਰ੍ਹਾਂ ਸਮਝ ਲੱਗ ਗਈ ਹੈ। ਹੁਣ ਕੱਲ੍ਹ ਮੇਰਾ ਕੰਪਿਊਟਰ ਸਾਇੰਸ ਦਾ ਇਗਜ਼ਾਮ ਵੀ ਹੈ ਅਤੇ ਮੈਂ ਤਿਆਰੀ ਵੀ ਕਰਨੀ ਹੈ। ਇਸ ਲਈ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇੰਨਾ ਚੰਗੀ ਤਰ੍ਹਾਂ ਇਸ ਕੁਐਸਚਨ ਨੂੰ ਸਮਝਾਇਆ। ਧੰਨਵਾਦ। ਬੇਟਾ, ਧਿਆਨ ਨਾਲ ਆਪਣੇ ਘਰ ਜਾਣਾ ਅਤੇ ਜਦੋਂ ਵੀ ਕੁਝ ਸਮਝਣਾ ਹੋਵੇ ਤਾਂ ਆਪਣੇ ਆਪ ਮੇਰੇ ਕੋਲ ਆ ਕੇ ਜਿਸ ਟਾਈਮ ਮਰਜ਼ੀ ਸਮਝ ਲੈਣਾ। ਧੰਨਵਾਦ।